ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਸਕੀਰਤ ਸਿੰਘ ਹੈ ਅਤੇ ਮੈਂ ਜਲਾਲਾਬਾਦ ਤੋਂ ਆਇਆ ਹਾਂ। ਮੈਂ ਛੋਟੇ ਹੁੰਦੇ ਤੋਂ ਹੀ ਆਪਣੇ ਪਾਪਾ ਨੂੰ ਉਹਨਾਂ ਦੇ ਸਟੂਡੈਂਟਸ ਨੂੰ ਗਾਣਾ ਸਿਖਾਉਂਦੇ ਹੋਏ ਦੇਖ ਰਿਹਾ ਹਾਂ ਅਤੇ ਇੱਕ ਦਿਨ ਮੈਂ ਵੀ ਉਹਨਾਂ ਨਾਲ ਜਾ ਕੇ ਬੈਠ ਕੇ ਗੁਣਗੁਣਾਉਣ ਲੱਗਿਆ। ਪਾਪਾ ਨੇ ਮੇਰੇ ਤੋਂ ਪੁੱਛਿਆ ਕਿ ਬੇਟਾ ਤੂੰ ਵੀ ਸਿੱਖਣਾ ਹੈ, ਤਾਂ ਮੈਂ ਕਿਹਾ ਪਾਪਾ ਜੀ ਜੇ ਤੁਸੀਂ ਸਿਖਾਓਗੇ ਤਾਂ ਮੈਂ ਵੀ ਸਿੱਖ ਲਵਾਂਗਾ। ਅਤੇ ਉਸ ਦਿਨ ਪਾਪਾ ਨੇ ਮੈਨੂੰ ਰਿਆਜ਼ ਕਰਾਉਣਾ ਸ਼ੁਰੂ ਕੀਤਾ ਅਤੇ ਅੱਜ ਪਾਪਾ ਦੀ ਮਿਹਨਤ ਅਤੇ ਆਪਣੇ ਰਿਆਜ਼ ਨਾਲ ਮੈਂ ਇੱਥੋਂ ਤੱਕ ਪਹੁੰਚਿਆ ਹਾਂ। ਰਾਤਾਂ ਨੂੰ ਨਹੀਂ ਸੌਂਦੇ ਜਿੰਨਾ ਦਿਨ ਅੱਗ ਲਾਉਣੀ, ਡਰਦੇ ਨਹੀਂ ਜਿੰਨਾ ਹੁੰਦੀ ਦੁਨੀਆ ਡਰਾਉਣੀ। ਮੇਰਾ ਅਤੇ ਪਾਪਾ ਦਾ ਸੁਪਨਾ ਹੈ ਕਿ ਮੈਂ ਵੱਡਾ ਹੋ ਕੇ ਇੱਕ ਨਾਮਚੀਨ ਸੰਗੀਤਕਾਰ ਬਣਾ। ਸਾਜਨ ਪ੍ਰੀਤ ਲਗਾ ਕੇ ਦੂਰ ਦੇਸ ਮਤ ਜਾਣਾ, ਦੂਰ ਦੇਸ ਮਤ ਜਾਣਾ, ਬਸ ਹਮਾਰੀ ਨਗਰੀ ਮੈਂ ਮੋਹ ਸੁੰਦਰ ਮੁਖ ਦਿਖਲਾ ਜਾ ਹੈ, ਮੋਹ ਸੁੰਦਰ ਮੁਖ ਦਿਖਲਾ ਜਾ, ਮੋਹ ਸੁੰਦਰ ਮੁਖ ਦਿਖਲਾ ਦਿਖਲਾ ਜਾ। ਪਤਾ ਇੱਥੇ ਆਉਣਾ ਇੱਥੇ ਹਰ ਇੱਕ ਲਈ ਨਹੀਂ ਆਇਆ ਜਾਂਦਾ, ਇੱਥੇ ਇੱਦਾਂ ਦੇ ਬੱਚਿਆਂ ਲਈ ਆਇਆ ਜਾਂਦਾ। ਤੁਹਾਨੂੰ ਮਿਲ ਰਿਹਾ ਰੀਅਲ ਜੂਸਿਸ ਐਂਡ ਬੈਵਰੇਜਸ ਵੱਲੋਂ ਇੱਕ ਗਿਫਟ ਹਨ। ਬੈਸਟ ਆਫ ਲੱਕ ਪੁੱਤ, ਇਦਾਂ ਦੇ ਬੱਚੇ ਚਾਹੀਦੇ ਆ। ਪਰ ਇਹ ਵੀ ਬੱਚੇ ਹੀ ਆ ਦੇਖੋ। ਹਾਂ, ਆਪਾਂ ਕਈ ਵਾਰ ਕਹਿੰਦੇ ਕਿ ਉਮਰ ਛੋਟੀ ਆ, ਹਲੇ ਨਹੀਂ, ਹਲੇ ਹੋਰ ਆਊ। ਜਿਹਨੇ ਗਾਉਣਾ ਤਾਂ ਗਾਈ ਦੇਣਾ ਉਹਨੇ, ਫਿਰ ਜਿਹਦੇ ਅੰਦਰ ਹੈ ਹੈ। ਆਓ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਫੁੱਲ ਤਿਆਰੀ ਚ ਆਇਆ ਫਿਰ? ਹਾਂਜੀ ਸਰ। ਕੱਪੜੇ ਕੁਪੜੇ ਬੈਗ 'ਚ ਪਾ ਕੇ ਲੈ ਕੇ ਆਇਆ? ਇੱਧਰ ਸਿੱਧੇ ਹੋ ਕੇ ਖੜੋ ਸਾਡੇ ਵੱਲ, ਪੂਰੇ ਇੱਧਰ 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 ਨਹੀਂ ਸਾਡੇ ਵੱਲ ਇੱਧਰ ਕਰੋ। ਚਲ ਠੀਕ ਹੈ, ਸੁਣਾ ਪੁੱਤ ਗਾਣਾ। ਪਾਣੀ ਤੈਨੂੰ ਡਰ ਕਿਸ ਤੋਂ ਲੱਗ ਰਿਹਾ ਪਹਿਲਾਂ ਇਹ ਦੱਸ। ਸਾਰਿਆਂ ਤੋਂ ਲੱਗ ਰਿਹਾ। ਉਰੇ ਆ ਪਹਿਲਾਂ ਤਾਂ, ਇੱਧਰ ਆ। ਚਲ ਜੱਪੀ ਪਾ ਮੈਨੂੰ ਘੁੱਟ ਕੇ। ਉੱਧਰ ਹੁਣ ਸਚਿਨ ਜੀ ਨੂੰ ਵੀ ਜਾ ਕੇ ਪਾਰੀ ਕਰਕੇ ਆ ਚੰਗੀ ਤਰ੍ਹਾਂ। ਕੀ ਨਾਮ ਹੈ ਤੁਹਾਡਾ? ਜੈਸਮੀਨ ਸਰ। ਜੈਸਮੀਨ ਕੌਰ। ਠੀਕ ਹੈ, ਕਿੱਦਾਂ ਆਏ ਹੋ? ਸਰ ਫਰੀਦਕੋਟ। ਆਟਾ ਚਿਕਨ ਨਹੀਂ ਲੈ ਕੇ ਆਏ? ਉੱਥੇ ਮਿਲਦਾ ਕਿ ਕਿੱਥੇ ਮਿਲਦਾ? ਕੋਟਕਪੂਰੇ ਮਿਲਦਾ। ਕੋਟਕਪੂਰੇ ਮਿਲਦਾ, ਸੌਰੀ ਮੈਂ ਗਲਤ ਸਟੇਸ਼ਨ ਤੇ ਪਹੁੰਚ ਗਿਆ। ਚਲੋ ਗਾਣਾ ਸੁਣਾਓ। ਤੂੰ ਸਾਹਮਣੇ ਜੇ ਹੋਵੇ। ਬੇਟਾ ਰੁਕ ਜਾ, ਸਬਰ ਰੱਖ, ਮਿੰਟ ਲੱਗਦਾ ਪੀਪਣੀ ਲਾ। ਗੱਲ ਮਿੱਤਰਾਂ ਦੀ ਸਿੱਧੀ ਡਾਂਗ ਵਾਰ ਕੀ ਨਿਕਾਲ ਦੇ ਚਿੱਠਾ ਵੱਜਦੀ। ਬੇਟਾ ਤੁਸੀਂ ਇੱਕੋ ਸੁਰ ਤੇ ਸਾਰਾ ਗਾਣਾ ਗਾ ਦਿੰਦੇ ਹੋ। ਮੱਲਾ ਕੱਢ ਕੁੜਤੇ ਦੇ। ਚਲੋ ਪੁੱਤਰ, ਥੈਂਕ ਯੂ, ਮਿਹਨਤ ਕਰ। ਅਰੇ ਗੱਲ ਤਾਂ ਸੁਣ ਲੈ। ਕਿੰਨੇ ਸਾਲ ਦਾ? 12 ਓਕਲੋਕ। ਪੜ੍ਹਦੇ ਹੋ ਤੁਸੀਂ? ਹਾਂਜੀ ਮੈਮ। ਤੁਹਾਨੂੰ ਕਿਹੜਾ ਸਬਜੈਕਟ ਚੰਗਾ ਲੱਗਦਾ? ਮੈਮ ਸਾਇੰਸ। ਫਿਰ ਤੁਸੀਂ ਉਹਦੇ 'ਤੇ ਜ਼ਿਆਦਾ ਮਿਹਨਤ ਕਰੋ, ਸਾਇੰਸ ਅਤੇ ਮੈਥ 'ਤੇ, ਹੈ ਨਾ? ਉਹ ਜ਼ਿਆਦਾ ਬਿਹਤਰ ਆ ਤੁਹਾਡੇ ਲਈ, ਹੈ ਨਾ? ਓਕੇ ਮੈਮ। ਹੋਰ ਕੋਈ ਗਾਣਾ ਸੁਣਾ। ਸਰ ਮੈਂ ਇੱਕੋ ਹੀ ਯਾਦ ਕਰਦੀ। ਕੋਈ ਯਾਦ ਕਰਕੇ? ਓਏ, ਚੱਲ ਕੋਈ ਗੱਲ ਨਹੀਂ, ਅਗਲੇ ਸਾਲ ਫਿਰ 2-4 ਹੋਰ ਯਾਦ ਕਰਕੇ ਆਈ, ਠੀਕ ਹੈ? ਉਹਨੇ ਵਿਚਾਰ ਨੇ ਮੂੰਹ ਹੀ ਬਹੁਤ ਏਦਾਂ ਕਰ।